ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਲ ਵਿਕਾਸ ਤੇ ਸਮਾਜ ਭਲਾਈ ਵਿਭਾਗ ਵੱਲੋਂ CDPO ਮੈਡਮ ਪਰਮਜੀਤ ਕੌਰ ਦੀ ਅਗਵਾਈ 'ਚ ਭੂਰੀ ਵਾਲੇ ਬ੍ਰਹਮਾਨੰਦ ਗਰੀਬਦਾਸੀ ਰਾਣਾ ਗਜਿੰਦਰ ਚੰਦ ਕਾਲੇ ਗੜੀ ਮਾਨਸੋਵਾਲ ਬੀਤ ਵਿਖੇ ਸਰਪੰਚ ਨਰਿੰਦਰ ਕੌਰ ਤੇ ਸਮਾਜ ਸੇਵੀ ਜਰਨੈਲ ਜੈਲਾ ਦੀ ਦੇਖ ਰੇਖ ਹੇਠ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਰੀਨਾ ਸ਼ਰਮਾ ਨੇ ਸ਼ਿਰਕਤ ਕੀਤੀ, ਜਦੋਂ ਕਿ ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਅਜੈਬ ਸਿੰਘ ਬੋਪਰਾਏ, DSP ਸਤੀਸ਼ ਕੁਮਾਰ, ਖੇਤੀਬਾੜੀ ਅਫਸਰ ਸੁਭਾਸ਼ ਚੰਦਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਸਮਾਗਮ 'ਚ ਵੱਖ ਵੱਖ ਪਿੰਡਾਂ ਦੀਆਂ ਆਂਗਨਵਾੜੀ ਸੈਂਟਰਾਂ ਤੋਂ ਵਰਕਰਾਂ ਵੱਲੋਂ ਵੱਖ ਵੱਖ ਪ੍ਰਕਾਰ ਦੇ ਸੰਤੁਲਿਤ ਵਿਅੰਜਨ ਸਮਾਗਮ 'ਚ ਸ਼ਾਮਲ ਕੀਤੇ ਗਏ। ਇਸ ਸਮਾਗਮ 'ਚ ਸਿਹਤ ਵਿਭਾਗ ਦੀ ਟੀਮ, ਖੇਤੀਬਾੜੀ ਵਿਭਾਗ, ਕਾਲੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸਰਪੰਚ ਕਮਲ ਕਟਾਰੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਪਵਨ ਕਟਾਰੀਆ, ਸਰਪੰਚ ਰੋਸ਼ਨ ਲਾਲ, ਸਰਪੰਚ ਸੁਭਾਸ਼ ਚੌਧਰੀ, ਸਰਪੰਚ ਰਜਿੰਦਰ ਸਿੰਘ, ਜਸਵੀਰ ਸਿੰਘ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਜਿਹੜਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਗੜ੍ਹ ਸੈਂਟਰ CDPO ਮੈਡਮ ਪਰਮਜੀਤ ਕੌਰ ਦੇ, ਜਿਹੜਾ ਇੱਥੇ ਗੜ੍ਹੀ ਮਾਨਸੋਵਾਲ 'ਚ ਸਰਪੰਚ ਨਰਿੰਦਰ ਕੌਰ, ਮਿਸਟਰ ਜਰਨੈਲ ਸਿੰਘ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਹੈ। ਕੁਪੋਸ਼ਣ ਜਿਹੜਾ ਬੱਚਿਆਂ 'ਚ ਅਤੇ ਮਹਿਲਾਵਾਂ 'ਚ ਦੂਰ ਕਰਨ ਲਈ, ਤਾਂ ਕਿ ਵਧੀਆ ਪੋਸ਼ਕ ਸਬਜ਼ੀਆਂ, ਪੋਸ਼ਕ ਫਰੂਟ ਖਾਣ। ਜਿਹੜਾ ਸੀਜ਼ਨਲ ਫਰੂਟ ਹੈਗਾ, ਜਿੱਦਾਂ ਬਰਸਾਤ ਤੋਂ ਬਾਅਦ ਨਵੀਆਂ ਸਬਜ਼ੀਆਂ, ਹਰ ਸਸਤੀਆਂ ਲੱਗਦੀਆਂ, ਉਹਨਾਂ ਚੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਸਾਰੇ ਬੱਚਿਆਂ ਨੂੰ ਦਿੱਤਾ ਜਾਵੇ, ਮਹਿਲਾਵਾਂ ਦਿੱਤਾ ਜਾਵੇ, ਤਾਂ ਕਿ ਸਾਡਾ ਹਿੰਦੁਸਤਾਨ, ਸਾਡਾ ਪੰਜਾਬ, ਸਾਡਾ ਇਲਾਕਾ ਕੁਪੋਸ਼ਣ ਰਹਿਤ ਹੋ ਕੇ, ਬੱਚੇ ਵੀ ਪੋਸ਼ਣ ਯੁਕਤ ਹੋ ਜਾਣ, ਵਧੀਆ ਸਿਹਤ ਹੋਏਗੀ, ਵਧੀਆ ਸਿਹਤ ਹੋਵੇਗੀ, ਵਧੀਆ ਪੜ੍ਹਾਈ ਲੈਣਗੇ, ਵਧੀਆ ਪੜ੍ਹਾਈ ਦਾ ਆਪਣਾ ਵਧੀਆ ਕੈਰੀਅਰ ਬਣਾਉਣਗੇ, ਸਾਡਾ ਵਧੀਆ ਦੇਸ਼ ਬਣੇਗਾ। ਅਤੇ ਦੂਜੇ ਪਾਸੇ ਜਿੱਥੇ ਅੱਜ ਗੱਲ ਕੀਤੀ ਗਈ ਇਸ ਪੰਖੇ 'ਚ ਵਾਤਾਵਰਣ ਅਤੇ ਪੀਣ ਵਾਲੇ ਪਾਣੀ ਦੀ ਜਿਹੜੀ ਕਮੀ ਦਿਨ ਪਰ ਦਿਨ ਜਾ ਰਹੀ ਹੈ, ਅਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ, ਜਿਸ ਸਟੇਜ 'ਤੇ ਵੀ ਅਪੀਲ ਕੀਤੀ ਹੈ, ਕਿ ਜਿਹੜਾ ਵਾਤਾਵਰਣ ਹੈ ਉੱਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ। ਹਰ ਹਰ ਘਰ ਬੱਚਾ ਜਨਮ ਹੁੰਦਾ ਹੈ ਜਾਂ ਆਪਣੇ ਜਨਮ ਉੱਤੇ ਹਰ ਬੰਦਾ 2 ਪੌਦੇ ਜ਼ਰੂਰ ਲਗਾਵੇ। ਜਿਹੜਾ ਪੀਣ ਵਾਲੇ ਪਾਣੀ ਦਾ ਹੈ, ਪੀਣ ਵਾਲੇ ਪਾਣੀ ਦੀ ਜਿਹੜੀ ਬਚਾਉਣ ਦੀ ਮੁਹਿੰਮ ਹੈ, ਆਪਣੇ ਘਰ ਤੋਂ ਅਸੀਂ ਆਪਣੇ ਆਪ ਤੋਂ ਸ਼ੁਰੂ ਕਰੀਏ, ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਪੀਣ ਵਾਲੇ ਪਾਣੀ ਆਉਣ ਦਿੱਕਤ ਆਉਣ ਜਾ ਰਹੀ ਹੈ, ਉਹ ਹੁਣ ਤੋਂ ਹੀ ਅਸੀਂ ਸੁਚੇਤ ਹੋ ਕੇ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਸੀਂ ਨਸ਼ੇ ਦੀ ਗੱਲ ਕਰਦੇ ਸੀ, ਕਿ ਅੱਜ DSP ਸਾਹਿਬ ਅਤੇ SHO ਵੀ ਬੈਠੇ ਸੀ, ਸਾਰਿਆਂ ਨੇ ਗੱਲ ਕੀਤੀ ਕਿ ਹਰ ਘਰ ਤੋਂ ਸਾਨੂੰ ਆਪਣੇ ਘਰਾਂ ਤੋਂ ਜਿਹੜੇ ਕਾਲਜ ਦੇ ਵਿਦਿਆਰਥੀ ਸੀ, BED ਕਾਲਜ ਦੇ ਸਟੂਡੈਂਟ ਸੀ, ਉਹਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਘਰਾਂ ਤੋਂ, ਔਰਤਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਤੋਂ ਆਪਾਂ ਨਸ਼ਾ ਮੁਕਤ ਕਰਕੇ ਮੁਹਿੰਮ ਸ਼ੁਰੂ ਕਰੀਏ, ਤਾਂ ਕਿ ਸਾਡਾ ਗੜ੍ਹ ਸ਼ੰਕਰ, ਸਾਡਾ ਬੀਜਾ ਦਾ, ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ। ਜੇ ਸਾਡਾ ਪੰਜਾਬ ਨਸ਼ਾ ਮੁਕਤ ਹੋ ਗਿਆ, ਵਾਤਾਵਰਨ ਵਧੀਆ ਹੋ ਗਿਆ, ਪਾਣੀ ਵੀ ਆਪਾਂ ਸੰਭਾਲ ਕਰ ਸਕੇ, ਕੁਪੋਸ਼ਣ ਦੂਰ ਕਰਕੇ ਸਾਰਿਆਂ ਨੂੰ ਵਧੀਆ ਸਿਹਤ ਦੇ ਸਕੇ, ਇਹੀ ਸਾਡਾ ਸਭ ਦਾ ਆਉਣ ਵਾਲਾ ਜਿਹੜਾ ਸਮਾਂ ਭਵਿੱਖ ਵਧੀਆ ਹੋਊਗਾ। ਵਿਖੇ ਬਲਾਕ ਪੱਧਰੀ ਜਿਹੜਾ ਜਾਗਰੂਕਤਾ ਕੈਂਪ ਪੋਸ਼ਣ ਮਾਹ ਦੇ ਸੰਬੰਧ ਵਿੱਚ ਲਗਾਇਆ, ਜੋ ਕਿ ਭਾਰਤ ਸਰਕਾਰ ਦੀ ਸਕੀਮ ਆ ਪੋਸ਼ਣ ਅਭਿਆਨ, ਉਹਦੇ ਅੰਡਰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਹਾਂ, ਜਾਗਰੂਕ ਕਰਦੇ ਹਾਂ ਔਰਤਾਂ ਨੂੰ, ਕਿ ਜਿਹੜੀਆਂ ਮਤਲਬ ਖੁਰਾਕ ਸਾਡੀ ਜਿਹੜੀ ਹੈਗੀ ਆ, ਪੋਸ਼ਣ ਆ ਉਹ ਕਿੱਦਾਂ ਅਸੀਂ ਉਹਦੇ ਵਿੱਚ ਲਿਆ ਸਕਦੇ ਹਾਂ, ਸੰਤੁਲਿਤ ਭੋਜਨ ਜਿਹੜਾ ਆ ਉਹ ਮਾਵਾਂ ਨੂੰ ਕਿੱਦਾਂ, ਪ੍ਰੈਗਨੈਂਟ ਔਰਤ ਹੈਗੀਆਂ, ਗਰਭਵਤੀ ਔਰਤਾਂ, ਦੁੱਧ ਪਿਲਾਓ ਮਾਵਾਂ ਆ, ਕਿਸ਼ੋਰੀਆਂ ਆ, ਕਿ ਅਸੀਂ ਉਹਨਾਂ ਨੂੰ ਪੌਸ਼ਟਿਕ ਖੁਰਾਕ ਦੇਈਏ, ਤਾਂ ਕਿ ਜਿਹੜੀ ਉਹਨਾਂ ਦੀ ਸਿਹਤ ਆ ਵਧੀਆ, ਉਹ ਸਿਹਤਮੰਦ ਜਿਹੜੀ ਆ ਬਣ ਸਕਣ। ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਵਿੱਚ ਜਿੱਦਾਂ ਕਿ ਮਤਲਬ ਉਹਨਾਂ ਦੀ ਹਾਈਟ ਘੱਟ ਹੁੰਦੀ ਆ, ਵੇਟ ਘੱਟ ਹੁੰਦਾ ਆ, ਜਾਂ ਗਰਭਵਤੀ ਔਰਤਾਂ ਨੂੰ ਲੋਅ ਬਰਥ ਬੇਬੀ ਜਿਹੜੇ ਆ ਉਹ ਪੈਦਾ ਹੁੰਦੇ ਆ ਉਹ ਨਾ ਹੋਣ, ਕਿ ਮਾਵਾਂ ਜਿਹੜੀਆਂ ਸ਼ੁਰੂ ਤੋਂ ਜਦੋਂ ਗਰਭਵਤੀ ਹੁੰਦੀ ਆ ਸਾਡੇ ਆਂਗਨਵਾੜੀ ਸੈਂਟਰਾਂ ਦੇ ਵਿੱਚ, ਅਸੀਂ ਦੋ ਔਰਤ ਗਰਭਵਤੀ ਹੁੰਦੀ ਆ ਤਾਂ ਉਹਨੂੰ ਅਸੀਂ ਟੀਕਾ ਲਗਵਾਉਂਦੇ ਹਾਂ, ਫਿਰ ਉਹਨੂੰ ਅਸੀਂ IFA ਦੀਆਂ ਗੋਲੀਆਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਿੰਦੇ ਹਾਂ, ਅਤੇ ਨਾਲ ਹੀ ਅਸੀਂ ਉਹਨੂੰ ਇਹ ਐਜੂਕੇਟ ਕਰਦੇ ਹਾਂ ਸਿਹਤ ਅਤੇ ਹੈਲਥ ਸੰਬੰਧੀ, ਕਿ ਸਿੱਖਿਆ ਦੇ ਕੇ, ਕਿ ਜਿਹੜੀਆਂ ਪਿੰਡਾਂ ਦੇ ਵਿੱਚ ਲੋਕਲੀ ਅਵੇਲੇਬਲ, ਪੈਸੇ ਵੀ ਨਹੀਂ ਬਹੁਤੇ ਖਰਚ ਨੇ, ਕਿ ਪਿੰਡ ਦੇ ਵਿੱਚ ਜਿਹੜੀਆਂ ਹਰੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਆ, ਜਾਂ ਪਿੰਡ ਦੇ ਵਿੱਚ ਜਿੱਦਾਂ ਕਿ ਅਮਰੂਦ ਆ, ਸੰਤਰਾ ਆ, ਨਿੰਬੂ ਆ, ਉਹ ਆਪਣੀ ਖੁਰਾਕ ਦੇ ਵਿੱਚ ਜਿਹੜੇ ਆ ਤੱਤ ਜਿਹੜੇ ਆ ਵਧੀਆ, ਉਹਨਾਂ ਨੂੰ ਕੈਲਸ਼ੀਅਮ, ਵਿਟਾਮਿਨ ਸੀ ਵਗੈਰਾ ਮਿਲਦਾ ਹੈਗਾ, ਅਤੇ ਉਹ ਖਾਣ। ਜਿੱਦਾਂ ਕਿ ਖੀਰਾ ਆ, ਕੱਦੂ ਆ, ਘੀਆ ਆ, ਜਿੱਦਾਂ ਰਾਮਾ ਤੋਰੀ ਆ, ਪਿੰਡਾਂ ਦੇ ਵਿੱਚ ਅਵੇਲੇਬਲ ਜਿਹੜੀਆਂ ਸਬਜ਼ੀਆਂ ਆ ਉਹ ਖਾਣ, ਜਿੱਦਾਂ ਦਾਲਾਂ ਆ ਉਹ ਵੀ ਫਲੀਆਂ ਆ ਉਗਾਈਆਂ ਜਾਂਦੀਆਂ, ਉਹ ਵੀ ਖਾਣ, ਕਿ ਜਿਹੜੀ ਉਹਨਾਂ ਦੀ ਜਿਹੜੀ ਆ ਸਿਹਤ ਆ ਉਹ ਸਿਹਤਮੰਦ ਬਣ ਸਕਣ, ਅਤੇ ਜਿਹੜਾ ਸਾਡਾ ਸਮਾਜ ਆ ਵਧੀਆ ਤੰਦਰੁਸਤ ਪੰਜਾਬ ਜਿਹੜਾ ਸਾਡਾ ਬਣ ਸਕੇ।
ਇਹੀ ਸਾਡਾ ਏਮ ਹੈ ਕਿ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਕੁਪੋਸ਼ਣ ਨੂੰ ਦੂਰ ਕਰਕੇ ਇੱਕ ਤੰਦਰੁਸਤ ਭਾਰਤ ਦੀ ਜਿਹੜੀ ਹੈ ਸਿਰਜਣਾ ਕਰ ਸਕੀਏ।